ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ 'ਤੇ ਅਤੇ ਮੈਂ ਤੁਹਾਡਾ ਹੋਸਟ ਅਤੇ ਦੋਸਤ ਲਵਮਾਨ। ਦੋਸਤੋ, ਅਕਸਰ ਤੁਸੀਂ ਆਪਣੇ ਘਰ ਦੇ ਵਿੱਚੋਂ ਨਿਕਲਦੇ ਹੋਏ ਜਾਂ ਕਿਤੇ ਜਾਂਦੇ ਹੋਏ ਜਦੋਂ ਕਿਸੇ ਮੰਗਣ ਵਾਲੇ ਨੂੰ ਦੇਖਦੇ ਹੋ ਤਾਂ ਤੁਸੀਂ ਆਪਣੀ ਖੁਸ਼ੀ ਨਾਲ ਕਦੇ ਉਹਨੂੰ 2 ਰੁਪਈਏ, ਕਦੇ 5 ਰੁਪਏ ਜਾਂ ਕਦੇ 10 ਰੁਪਈਏ ਵੀ ਦੇ ਦਿੰਦੇ ਹੋ। ਬਟ ਤੁਸੀਂ ਕਦੀ ਉਸ ਤੋਂ ਸਵਾਲ ਕੀਤਾ ਜਾਂ ਤੁਹਾਨੂੰ ਪਤਾ ਕਿ ਉਹ ਦਿਨ ਦਾ ਕਿੰਨਾ ਕਮਾ ਲੈਂਦੇ ਨੇ? ਅਤੇ ਜੇ ਤੁਹਾਨੂੰ ਨਹੀਂ ਪਤਾ ਤਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ, ਕਿਉਂਕਿ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਊਂਗਾ ਇੰਡੀਆ ਦੇ 5 ਸਭ ਤੋਂ ਅਮੀਰ ਭਿਖਾਰੀ। ਭਰਤ ਜੈਨ ਮੁੰਬਈ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਦੀ ਉਮਰ 50 ਸਾਲ ਹੈ ਅਤੇ ਰੋਜ਼ 8 ਤੋਂ 10 ਘੰਟੇ ਮੁੰਬਈ ਦੇ ਪਰੇਲ ਇਲਾਕੇ ਵਿੱਚ ਭੀਖ ਮੰਗਦੇ ਨੇ ਅਤੇ ਸੂਤਰਾਂ ਅਨੁਸਾਰ ਇਹਨਾਂ ਦੀ ਜੋ ਮਹੀਨੇ ਦੀ ਕਮਾਈ ਹੈ ਉਹ 60 ਤੋਂ ਲੈ ਕੇ 65 ਹਜ਼ਾਰ ਰੁਪਏ ਤੱਕ ਹੈ। ਇੱਥੋਂ ਤੱਕ ਕਿ ਨਹੀਂ, ਇਹਨਾਂ ਦੇ ਕੋਲ 2 ਫਲੈਟਸ ਵੀ ਨੇ ਜਿਨ੍ਹਾਂ ਦੀ ਅੱਜ ਦੇ ਸਮੇਂ ਵਿੱਚ ਕੀਮਤ ਤਕਰੀਬਨ 1 ਤੋਂ ਲੈ ਕੇ 1.5 ਕਰੋੜ ਰੁਪਏ ਦੇ ਵਿੱਚ ਦੱਸੀ ਜਾਂਦੀ ਹੈ। ਨਾਲ ਇਹਨਾਂ ਦੀ ਮੁੰਬਈ ਇਲਾਕੇ ਵਿੱਚ ਜੂਸ ਦੀ ਦੁਕਾਨ ਵੀ ਹੈ ਜਿਨ੍ਹਾਂ ਤੋਂ ਇਹਨਾਂ ਨੂੰ ਮੰਥਲੀ 10 ਹਜ਼ਾਰ ਰੁਪਏ ਆਉਂਦਾ ਹੈ ਅਤੇ ਇਹਨਾਂ ਦਾ ਪਰਿਵਾਰ ਸਟੇਸ਼ਨਰੀ ਸ਼ੌਪ ਚਲਾਉਂਦਾ ਹੈ। ਕਿਸ਼ਨ ਕੁਮਾਰ ਗੀਤੇ, ਇਹ ਬਿਹਾਰ ਦੇ ਪਟਨਾ ਸ਼ਹਿਰ ਤੋਂ ਨੇ ਅਤੇ ਇਹ ਲੋਕਾਂ ਤੋਂ ਇਹ ਕਹਿ ਕੇ ਭੀਖ ਮੰਗਦੇ ਨੇ ਕਿ ਉਹ ਕਈ ਦਿਨਾਂ ਤੋਂ ਭੁੱਖੇ ਨੇ ਅਤੇ ਕੁਝ ਵੀ ਨਹੀਂ ਖਾਧਾ। ਅਤੇ ਜੇ ਗੱਲ ਕੀਤੀ ਜਾਵੇ ਇਹਨਾਂ ਦੇ ਬੈਂਕ ਬੈਲੈਂਸ ਦੀ ਤਾਂ ਉਹ ਕਰੋੜਾਂ ਦੇ ਵਿੱਚ ਦੱਸਿਆ ਜਾਂਦਾ ਹੈ ਅਤੇ ਇਹਨਾਂ ਦੇ ਬੱਚੇ ਵਧੀਆ ਗੌਰਮੈਂਟ ਸਕੂਲ ਦੇ ਵਿੱਚ ਪੜ੍ਹਦੇ ਨੇ। ਇਹ ਜਨਾਬ ਮੁੰਬਈ ਦੇ ਪਰੇਲ ਇਲਾਕੇ ਤੋਂ ਨੇ ਅਤੇ ਫਿਲਮ ਸਟੂਡੀਓ ਵਿੱਚ ਭੇਸ ਬਦਲ ਬਦਲ ਕੇ ਭੀਖ ਮੰਗਦੇ ਨੇ। ਅਤੇ ਜੇ ਗੱਲ ਕੀਤੀ ਜਾਵੇ ਇਹਨਾਂ ਦੀ ਪ੍ਰੋਪਰਟੀ ਦੀ ਤਾਂ ਪਰੇਲ ਇਲਾਕੇ ਵਿੱਚ ਇਹਨਾਂ ਦਾ 1 BHK ਫਲੈਟ ਵੀ ਹੈ ਅਤੇ ਹੋਰ 30 ਲੱਖ ਤੱਕ ਦੀ ਪ੍ਰੋਪਰਟੀ ਵੀ ਹੈ। ਸੰਭਾਜੀ ਕਾਲੇ, ਇਹ ਮੁੰਬਈ ਦੇ ਖਾਰ ਇਲਾਕੇ ਵਿੱਚ ਆਪਣੇ ਪਰਿਵਾਰ ਨਾਲ ਭੀਖ ਮੰਗਦੇ ਨੇ ਅਤੇ ਦਿਨ ਦਾ 1000 ਰੁਪਇਆ ਕਮਾ ਲੈਂਦੇ ਨੇ। ਸਿਰਫ ਇਹਨਾਂ ਹੀ ਨਹੀਂ, ਇਹਨਾਂ ਦਾ ਵਿਰਾਰ ਦੇ ਵਿੱਚ ਇੱਕ ਫਲੈਟ, ਸ਼ੋਲਾਪੁਰ ਵਿੱਚ 2 ਏਕੜ ਜ਼ਮੀਨ ਅਤੇ ਹੋਰ ਇਹਨਾਂ ਦੇ 2 ਘਰ ਆਪਣੇ ਨੇ। ਮਿਲੋ ਦੇਸ਼ ਦੀ ਸਭ ਤੋਂ ਮਸ਼ਹੂਰ ਮਹਿਲਾ ਭਿਖਾਰੀ ਨਾਲ ਇਹ ਪਟਨਾ ਤੋਂ ਤਾਲੁਕ ਰੱਖਦੇ ਨੇ ਅਤੇ ਕਿਹਾ ਜਾਂਦਾ ਹੈ ਕਿ ਸਾਲਾਨਾ 36 ਹਜ਼ਾਰ ਰੁਪਏ LIC ਪ੍ਰੀਮੀਅਮ ਦਾ ਭੁਗਤਾਨ ਕਰਦੇ ਨੇ ਅਤੇ ਜੋ ਇਹਨਾਂ ਦੀ ਡੇਲੀ ਇਨਕਮ ਹੈ ਉਹ 1000 ਰੁਪਏ ਤੱਕ ਹੈ। ਤਾਂ ਦੋਸਤੋ, ਇਹ ਸਨ ਇੰਡੀਆ ਦੇ 5 ਸਭ ਤੋਂ ਅਮੀਰ ਭਿਖਾਰੀ। ਆਪਾਂ ਇਹ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸਭ ਨੂੰ ਰਿਜਕ ਦੇਵੇ ਤਾਂ ਜੋ ਕਿਸੇ ਦੇ ਮੰਗਣ ਦੀ ਨੌਬਤ ਨਾ ਆਵੇ। ਅਤੇ ਰਹੀ ਗੱਲ ਵੀਡੀਓ ਦੀ ਦੋਸਤੋ, ਇਹ ਸਿਰਫ ਜਾਣਕਾਰੀ ਵਾਸਤੇ ਵੀਡੀਓ ਸੀ ਅਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ। ਅਤੇ ਮਿਲਦੇ ਹਾਂ ਦੋਸਤੋ ਅਗਲੀ ਵਾਰ ਅਗਲੀ ਵੀਡੀਓ 'ਚ।